छड़ भरावा मैं माड़ा सी तेरे नाल हुण लड़ना की है। ऐ वेखो ऐ जड़े तुहानूं छोटे छोटे नज़र आ देने पै इन्हें चिबड़ ऐ किन्ने ही इस पैली च बारिशा होई ने ते ऐ चिबड़ ही चिबड़ ये खा भी लई दे सारे चिबड़े चिबड़ ऐ चरी दे विच चिबड़े चिबड़ पै रहे सारे वेखो जरा। ते ऐ मेरे पिछे नलका लगा जिहड़ा कि टुटा पिया दरख्त दे थले ते ऐ नलका कदी तां बड़ा कम आंदा सी ते नलके दी जगह ते हुण लई मोटरां ने जे ते इंदी हत्थी जिहड़ी है ना ऐ वेखो इंदी हत्थी टुटी पई है ऐ हत्थी टुटी पई है ते कदी इंदा जिहड़ा सी ओह कम बड़ा इस्तेमाल बड़ा चौखा हुंदा सी हर थोड़ी थोड़ी जगह ते जिहड़ा ना पैलियां दे विच नलके लगे हुंदे सन ते हुण उहदी जगह जिहड़ी पई मिले लई मोटरां ने ते इह नलकियां दा कम हो गया खत्म। ते जिहड़े जिम्मेदार आ पट्ठे वढण वाले ਉਹਨੂੰ ਪਾਣੀ ਹੋਣ ਬੋਤਲਾਂ 'ਚ ਪਾਣੀ ਪਾ ਕੇ ਲੈ ਆਉਂਦੇ ਨੇ ਫਰਿੱਜ ਦੇ ਵਿੱਚੋਂ ਨਾ ਠੰਡਾ ਕਰਕੇ ਅਤੇ ਜਿਹਦੀ ਵਜ੍ਹਾ ਤੋਂ ਇਹਨਾਂ ਨਲਕਿਆਂ ਦੀ ਅਹਿਮੀਅਤ ਖਤਮ ਹੋ ਗਈ ਹੈ। ਖਾਲਾ ਪਾਣੀ ਤਾਂ ਵਗਦਾ ਪਿਆ ਅਤੇ ਇਹ ਵੇਖੋ ਮੇਰੇ ਪਿੱਛੇ ਪੌਦਾ ਗ੍ਰੇਨ ਫਰੂਟ ਦਾ ਪੌਦਾ ਜਿਹੜਾ ਨਾ ਇਹ ਭਰਿਆ ਬੈਗ ਵੇਖੋ ਕਿੱਡੇ ਕਿੱਡੇ ਸਾਰਾ ਪੌਦਾ ਭਰਿਆ ਹੈ। ਅਤੇ ਮੈਂ ਇੱਥੇ ਵਾਕ ਕਰਦਾ ਫਿਰਨਾ ਸੁਬਹਾ 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 ਪੈਲੀਆਂ ਦੇ ਵਿੱਚ ਇਹ ਬਾਗ ਦੇ ਵਿੱਚ ਠੰਡੀ ਠੰਡੀ ਹਵਾ ਹੁੰਦੀ ਹੈ ਅਤੇ ਵਾਕ ਕਰਨ ਦਾ ਆਪਦਾ ਹੀ ਮਜ਼ਾ ਹੈ। ਇੱਥੇ ਹੀ ਇੱਥੇ ਚੱਪਲ ਲਾ ਕੇ ਅਤੇ ਇਹ ਘਾਹ 'ਤੇ ਜਿਹੜਾ ਨਾ ਨੰਗੇ ਪੈਰੀ ਵਾਕ ਕਰਦੇ ਹਾਂ। ਅਤੇ ਉਹ ਮੇਰੇ ਪਿੱਛੇ ਜਿਹੜਾ ਸੂਰਜ ਨਿਕਲਦਾ ਪਿਆ ਅਤੇ ਸੁਬਹਾ ਸੁਬਹਾ ਟਾਈਮ ਹੈ ਇੱਥੇ ਜਿਹੜਾ ਨਾ ਇਹ ਕਰਦੇ ਹਾਂ ਵਾਗ ਨੰਗੇ ਪੈਰੀ ਉੱਥੇ ਘਾਹ 'ਤੇ ਚੱਲਣ ਦਾ ਸੁਬਹਾ ਸੁਬਹਾ ਨੰਗੇ ਪੈਰੀ ਜਿਹੜਾ ਨਾ ਬੜਾ ਹੀ ਮਜ਼ਾ ਆਉਂਦਾ। ਅਸਲਾਮ ਵਾਲੇਕਮ ਵੀਰੋ, ਮੈਂ ਤੁਹਾਡਾ ਵੀਰ ਜ਼ਹੀਰ ਜੱਟ ਸੋਹਣੇ ਪੰਜਾਬ ਦੇ ਦਿਲ ਲਾਹੌਰ ਤੋਂ। ਅੱਜ ਮੈਂ ਇੱਥੇ ਸਵੇਰੇ ਸਵੇਰੇ ਪੈਲੀ 'ਚ ਵਾਕ ਕਰਨਾ ਪਿਆ ਅਤੇ ਮੈਂ ਕਿਹਾ ਚਲੋ ਵੀਲਾ ਵੀ ਬਣਾ ਲਈਏ ਅਤੇ ਅੱਜ ਮੈਂ ਤੁਹਾਡੇ ਨਾਲ ਨਾ ਕੁਛ ਪੰਜਾਬੀ ਦੇ ਜਿਹੜੇ ਸ਼ੇਅਰ ਨੇ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਨਾ, ਤੁਹਾਨੂੰ ਉਹ ਸੁਣਾਉਣਾ। ਨਾਲੇ ਇੱਥੇ ਕਰਦੇ ਹਾਂ ਵਾਕ ਅਤੇ ਨਾਲੇ ਤੁਹਾਨੂੰ ਮੈਂ ਜਿਹੜਾ ਉਹ ਸ਼ੇਅਰ ਸੁਣਾਉਣਾ। ਸਮਝ ਨਹੀਂ ਆਉਂਦੀ ਕਰਨਾ ਕੀ ਹੈ, ਸਮਝ ਨਹੀਂ ਆਉਂਦੀ ਕਰਨਾ ਕੀ ਹੈ, ਜਿਉਂਦੇ ਹੀ ਨਹੀਂ ਮਰਨਾ ਕੀ ਹੈ, ਸਮਝ ਨਹੀਂ ਆਉਂਦੀ ਕਰਨਾ ਕੀ ਹੈ, ਜੀਂਦੇ ਹੀ ਨਹੀਂ ਮਰਨਾ ਕੀ ਏ। ਅਤੇ ਜਿਹੜਾ ਭੁੱਖ ਨੂੰ ਸਹਿ ਲੈਂਦਾ ਏ, ਜਿਹੜਾ ਭੁੱਖ ਨੂੰ ਸਹਿ ਲੈਂਦਾ ਏ, ਉਸ ਫਿਰ ਮੌਤ ਤੋਂ ਡਰਨਾ ਕੀ ਏ, ਜਿਹੜਾ ਭੁੱਖ ਨੂੰ ਸਹਿ ਲੈਂਦਾ ਏ, ਉਸ ਫਿਰ ਮੌਤ ਤੋਂ ਡਰਨਾ ਕੀ ਏ। ਅਗਲਾ ਸ਼ੇਰ ਏ, ਇੱਕੋ ਫੈਸਲਾ ਕਰਕੇ ਦੱਸ ਅੱਜ, ਉਹ ਇੱਕੋ ਫੈਸਲਾ ਕਰਕੇ ਦੱਸ ਅੱਜ, ਅਗਰ ਮਗਰ ਤੇ ਵਰਨਾ ਕੀ ਏ, ਇੱਕੋ ਫੈਸਲਾ ਕਰਕੇ ਦੱਸ ਅੱਜ, ਅਗਰ ਮਗਰ ਤੇ ਵਰਨਾ ਕੀ ਏ। ਅਗਲਾ ਸ਼ੇਰ ਏ, ਛੱਡ ਭਰਾਵਾ ਮੈਂ ਮਾੜਾ ਸੀ, ਛੱਡ ਭਰਾਵਾ ਮੈਂ ਮਾੜਾ ਸੀ ਤੇਰੇ ਨਾਲ ਹੁਣ ਲੜਨਾ ਕੀ ਏ, ਛੱਡ ਭਰਾਵਾ ਮੈਂ ਮਾੜਾ ਸੀ ਤੇਰੇ ਨਾਲ ਹੁਣ ਲੜਨਾ ਕੀ ਏ। ਚੱਲ ਪਿਛਲਾ ਸਭ ਹੁਣ ਭੁੱਲ ਜਾਂਦੇ ਹਾਂ, ਚੱਲ ਪਿਛਲਾ ਸਭ ਹੁਣ ਭੁੱਲ ਜਾਂਦੇ ਹਾਂ, ਅੱਗੋਂ ਦੱਸ ਹੁਣ ਕਰਨਾ ਕੀ ਏ, ਚੱਲ ਪਿਛਲਾ ਸਭ ਭੁੱਲ ਜਾਂਦੇ ਹਾਂ, ਅੱਗੋਂ ਦੱਸ ਹੁਣ ਕਰਨਾ ਕੀ ਏ। ਸਮਝ ਨਹੀਂ ਆਉਂਦੀ ਕਰਨਾ ਕੀ ਏ, ਜਿਉਂਦੇ ਹੀ ਨਹੀਂ ਮਰਨਾ ਕੀ ਏ। ਤੁਹਾਨੂੰ ਮੇਰਾ ਅਗਰ ਇਹ ਵੀਲੌਗ ਚੰਗਾ ਲੱਗਾ ਹੋਵੇ
मेरी वीडियो नू लाइक कर दिया जी। तो यार जिहड़े नवें भरा ने वो चैनल नू सबसक्राइब भी कर दिया जी। तो मैं इत्थे करदा हां वाक, ठीक है। तो अज का वीलॉग इन्ना ही। अल्लाह हाफिज़।